ਵੀਰ ਜੀ ਗਾਲ ਤੁਸੀਂ ਕੱਢ ਰਹੇ ਮੈਂ ਨਹੀਂ ਕੱਢ ਰਿਹਾ ਠੀਕ ਹੈ ਕੋਈ ਗੱਲ ਨਹੀਂ ਪਤਾ ਲੱਗਦਾ ਪਿਆ ਰੋਲ ਕਲੋਸ ਕਰਨੇ ਰਿਆਲਟੋ ਚੌਂਕ ਤੋਂ ਐਨਮ ਸਿਨੇਮਾ ਦੇ ਵਿੱਚ ਕਾਲੇ ਮੈਂ ਜਦ ਲੰਘ ਰਿਹਾ ਸੀਗਾ ਵਾਪਸ ਆ ਰਿਹਾ ਸੀਗਾ ਇਹ ਬੁਲਟ ਮੋਟਰਸਾਈਕਲ ਤੇ ਦੋਨੋਂ ਬਾਈਕ ਸਵਾਰ ਇੱਕ ਸਰਦਾਰ ਇੱਕ ਹਿੰਦੂ ਪਰਸਨ ਚਲਾ ਰਿਹਾ ਸੀਗਾ ਸਰਦਾਰ ਪਿੱਛੇ ਡਰਿੰਕ ਕੀਤੀ ਹੋਈ ਸੀਗੀ ਐਕਚੁਅਲੀ ਮੇਰੀ ਗੱਡੀ ਨੇ ਟੱਚ ਕਰ ਲਏ ਸੀਗੇ ਤੇ ਮੈਂ ਇਹਨਾਂ ਨੂੰ ਹੌਰਨ ਦਿੱਤਾ ਇਹਨਾਂ ਨੇ ਮੈਨੂੰ ਕਲੀ ਉਂਗਲ ਕਰਕੇ ਗਾਲ ਕਰਤੀ ਜੀ ਜਦੋਂ ਮੈਂ ਗੱਡੀ ਸਾਈਡ ਤੇ ਖਿਲਾੜੀ ਤੇ ਟਾਇਰਾਂ ਗਨ ਹਾਊਸ ਦੇ ਬਾਹਰ ਤੇ ਮੈਂ ਗੱਡੀ ਉਤਰ ਕੇ ਮੈਂ ਜਦੋਂ ਉਹਨੂੰ ਪੁੱਛਣ ਗਿਆ ਜੀ ਕਿ ਤੂੰ ਗਾਲ ਗਲੋ ਕਰ ਮੈਨੂੰ ਕਾਲਰ ਤੋਂ ਫੜ ਕੇ ਮਾਵਾ ਭੈਣਾਂ ਦੀ ਗਾਲਾਂ ਕੱਢਣੀ ਸ਼ੁਰੂ ਕਰਤੀਆਂ ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ਨਜ਼ਦੀਕ ਨਸ਼ੇ ਸਟੱਲੀ ਨੌਜਵਾਨਾਂ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਤੇ ਇਸ ਦੇ ਨਾਲ ਹੀ ਇੱਕ ਪੁਲਿਸ ਅਧਿਕਾਰੀ ਨੂੰ ਗਾਲਾਂ ਵੀ ਕੱਢੀਆਂ ਗਈਆਂ ਜਦੋਂ ਪੁਲਿਸ ਅਧਿਕਾਰੀਆਂ ਵੱਲੋਂ ਉਸ ਨੌਜਵਾਨ ਨੂੰ ਰੋਕ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਨੇ ਮੀਡੀਆ ਕਰਮੀ ਦੇ ਸਾਹਮਣੇ ਹੀ ਪੁਲਿਸ ਅਧਿਕਾਰੀ ਮੀਡੀਆ ਅਤੇ ਰਾਹਗੀਰਾਂ ਅਤੇ ਉਹਨਾਂ ਨੂੰ ਵੀ ਗਾਲਾਂ ਕੱਢੀਆਂ ਗਈਆਂ ਇਸ ਦੇ ਨਾਲ ਹੀ ਕਾਫੀ ਦੇਰ ਤੱਕ ਹਾਈ ਵੋਲਟੇਜ ਡਰਾਮਾ ਚੱਲਣ ਤੋਂ ਬਾਅਦ ਉਸ ਉਕਤ ਨਸ਼ੇ ਚ ਟੱਲੀ ਨੌਜਵਾਨਾਂ ਨੂੰ ਪੁਲਿਸ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਲੈ ਗਈ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਆਪਣੀ ਡਿਊਟੀ ਤੋਂ ਵਾਪਸ ਆ ਰਹੇ ਸਨ ਕਿ ਰਸਤੇ 'ਚ ਇਸ ਨਸ਼ੇ 'ਚ ਟੱਲੀ ਨੌਜਵਾਨਾਂ ਨੇ ਉਸਨੂੰ ਗਲਤ ਇਸ਼ਾਰਾ ਕੀਤਾ ਜਦੋਂ ਉਹਨਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਨੌਜਵਾਨਾਂ ਵੱਲੋਂ ਉਹਨਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਾਫੀ ਗਾਲੀ ਗਲੋਚ ਵੀ ਕੀਤੀ ਗਈ ਇਸ ਦੇ ਨਾਲ ਹੀ ਹੋਰ ਉਹਨਾਂ ਦੇ ਵੱਲੋਂ ਇਸ ਦੇ ਬਾਰੇ ਕੀ ਆਖਿਆ ਗਿਆ ਉਹ ਤੁਸੀਂ ਆਪ ਸੁਣੋ 3:30-4 ਵਜੇ ਦਾ ਸਮਾਂ ਸੀਗਾ ਮੈਂ ਸੀ ਬਲੋਕ ਰਣਜੀਤ ਐਵਨਿਊ ਮਾਰਕੀਟ ਧਰਨਾ ਡਿਊਟੀ ਕਰਕੇ ਆਪਣੇ ਘਰ ਤੋਂ ਵਾਪਸ ਪਰਤ ਰਿਹਾ ਸੀਗਾ ਰਿਆਲਟੋ ਚੌਂਕ ਤੋਂ ਐਨਮ ਸਿਨੇਮਾ ਦੇ ਵਿੱਚ ਕਾਲੇ ਮੈਂ ਜਦ ਲੰਘ ਰਿਹਾ ਸੀਗਾ ਵਾਪਸ ਆ ਰਿਹਾ ਸੀਗਾ ਇਹ ਬੁਲਟ ਮੋਟਰਸਾਈਕਲ ਤੇ ਦੋਨੋਂ ਬਾਈਕ ਸਵਾਰ ਇੱਕ ਸਰਦਾਰ ਇੱਕ ਹਿੰਦੂ ਪਰਸਨ ਚਲਾ ਰਿਹਾ ਸੀਗਾ ਸਰਦਾਰ ਪਿੱਛੇ ਡਰਿੰਕ ਕੀਤੀ ਹੋਈ ਸੀਗੀ ਤੇ ਐਕਚੁਅਲੀ ਮੇਰੀ ਗੱਡੀ ਨੇ ਟੱਚ ਕਰ ਲਏ ਸੀਗੇ ਤੇ ਮੈਂ ਇਹਨਾਂ ਨੂੰ ਹੌਰਨ ਦਿੱਤਾ ਇਹਨਾਂ ਨੇ ਮੈਨੂੰ ਕਲੀ ਉਂਗਲ ਕਰਕੇ ਗਾਲ ਕਰਤੀ ਜੀ ਇਹਨਾਂ ਨੇ ਮੈਨੂੰ ਤੇ ਮੈਂ ਗੱਡੀ ਸਾਈਡ ਦੇ ਕਰਕੇ ਮੈਂ ਕਿਹਾ ਬਈ ਯਾਰ ਗਾਲ ਤੋਂ ਬਾਅਦ ਗਾਲ ਕਰਨਾ ਗੱਡੀ ਸਾਈਡ ਦੇ ਕਰਨ ਮਾਵਾਂ ਭੈਣਾਂ ਦੀ ਸਿੱਧੀਆਂ ਗੱਲ ਕਰੇ ਮੈਂ ਐਕਸਪਲੇਨ ਨਹੀਂ ਕਰ ਸਕਦਾ ਕਿਉਂਕਿ ਟੀਵੀ ਚੈਨਲ ਤੇ ਸਾਡੀਆਂ ਮਾਵਾਂ ਭੈਣਾਂ ਸਾਰੀਆਂ ਦੇਖ ਰਹੀਆਂ ਮੈਂ ਉਹ ਗਾਲ ਕੱਢ ਕੇ ਐਕਸਪਲੇਨ ਨਹੀਂ ਕਰ ਸਕਦਾ ਕਿ ਐਜ਼ ਅ ਪਰਸਨਲ ਤੌਰ ਤੇ ਮੈਂ ਤੁਹਾਨੂੰ ਦੱਸ ਸਕਦਾ ਤੇ ਜਦੋਂ ਮੈਂ ਗੱਡੀ ਸਾਈਡ ਦੇ ਖਿਲਾੜੀ ਤੇ ਟਾਇਰਾਂ ਗਨ ਹਾਊਸ ਦੇ ਬਾਹਰ ਤੇ ਮੈਂ ਗੱਡੀ ਉਤਰ ਕੇ ਮੈਂ ਜਦੋਂ ਉਹਨੂੰ ਪੁੱਛਣ ਗਿਆ ਜੀ ਕਿ ਤੂੰ ਗਾਲ ਗਲੋ ਕਰ ਮੈਨੂੰ ਕਾਲਰ ਤੋਂ ਫੜ ਕੇ ਮਾਵਾਂ ਭੈਣਾਂ ਦੀ ਗਾਲਾਂ ਕੱਢਣੀ ਸ਼ੁਰੂ ਕਰਤੀਆਂ ਇਹ ਦੋ ਪਰਸਨ ਨੇ ਜਿਹੜੇ ਮੇਰੇ ਨਾਲ ਉੱਥੇ ਬੈਠੇ ਹੋਏ ਸੀਗੇ ਮੈਨੂੰ ਨਹੀਂ ਪਤਾ ਇਹ ਪਰਸਨ ਕੌਣ ਨੇ ਕਿ ਇਹਨਾਂ ਨੇ ਜਦੋਂ ਮੈਨੂੰ ਆ ਕੇ ਰੋਕਿਆ ਮੈਨੂੰ ਸਾਈਡ 'ਤੇ ਕੀਤਾ ਉਹਨੂੰ ਫੜ ਕੇ ਸਮਝਾਇਆ ਕਿ ਤੂੰ ਕਿਉਂ ਗਾਲੀ ਕਲੋਜ਼ ਕਰ ਰਿਹਾ ਤੁਹਾਡੇ ਪੱਤਰਕਾਰ ਆਏ ਉਹਨਾਂ ਨੇ ਰੋਕਿਆ ਲਾਗੇ ਪਬਲਿਕ ਖੜੀ ਸੀਗੀ ਉਹਨਾਂ ਨੇ ਰੋਕਿਆ ਇਹਨਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ ਹਰ ਕਿਸੇ ਪਰਸਨ 'ਤੇ ਗੱਲ ਪੈਣ ਲੱਗ ਗਈ ਜੀ ਪ੍ਰਸ਼ਾਸਨ ਜੋ ਅਫਸਰ ਜੋ ਕਾਰਵਾਈ ਕਰਨਗੇ ਅਸੀਂ ਉਹਨਾਂ ਦੇ ਨਾਲ ਆ ਜੋ ਅਫਸਰ ਤੁਹਾਨੂੰ ਕਹਿਣਗੇ ਅਸੀਂ ਉਹਨਾਂ ਦੇ ਪੱਖ 'ਚ ਖੜੇ ਹਾਂ ਉਹਨਾਂ ਦੇ ਹੱਕ 'ਚ ਖੜੇ ਹਾਂ ਹਾਂ ਮੁਲਾਜ਼ਾ ਕਰਾਉਣ ਨੂੰ ਕਹਿ ਰਹੇ ਕਿ ਅਸੀਂ ਮੁਲਾਜ਼ਾ ਕਰਾਉਣ ਲੈ ਕੇ ਜਾ ਰਹੇ ਹਾਂ ਤਾਂ ਮੁਲਾਜ਼ਾ ਕਰਾਵਾਂਗੇ ਪਤਾ ਲੱਗ ਜਾਏਗਾ ਕੀ ਗੱਲਬਾਤ ਹੈ ਅੱਗੋਂ ਜੋ ਅਫਸਰ ਸਾਹਿਬਾਨ ਸਾਡੇ ਦੱਸਣਗੇ ਉਹਨਾਂ ਦੇ ਕਹਿਣ ਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਦੂਜੇ ਪਾਸੇ ਨਸ਼ੇ 'ਚ ਹਾਲਤ ਵਿੱਚ ਨੌਜਵਾਨਾਂ ਦਾ ਜਦੋਂ ਥੋੜਾ ਨਸ਼ਾ ਉਤਰਿਆ ਤਾਂ ਉਹ ਥਾਣੇ ਦੇ ਵਿੱਚ ਹੀ ਹਰ ਇੱਕ ਵਿਅਕਤੀ ਤੋਂ ਮਾਫੀ ਮੰਗਦੇ ਦਿਖਾਈ ਦੇ ਰਹੇ ਅਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਗਲਤੀ ਨਾਲ ਇਹ ਸਭ ਕੁਝ ਹੋਇਆ ਹੈ ਉਸਦਾ ਕਿਸੇ ਨਾਲ ਕੋਈ ਵੀ ਵੈਰ ਨਹੀਂ ਹੈ ਇਸ ਦੇ ਨਾਲ ਹੀ ਹੋਰ ਉਹਨਾਂ ਦੇ ਵੱਲੋਂ ਇਸ ਦੇ ਬਾਰੇ ਕੀ ਆਖਿਆ ਗਿਆ ਉਹ ਤੁਸੀਂ ਆਪ ਸੁਣੋ ਮੈਂ ਸੌਰੀ ਮੰਗਦਾ ਕਿ ਮੈਂ ਪੁਲਿਸ ਵਾਲੇ ਦੇ ਅਨਸਿਕਿਉਰਿਟੀ ਹੱਥ ਪਿਆ ਮੈਂ ਹੱਥ ਬਿਲਕੁਲ ਨਹੀਂ ਪਿਆ ਮੈਂ ਮਾਫੀ ਮੰਗਦਾ ਬਸ ਇਹ ਤੋਂ ਵੱਡ ਮਾਫੀ ਮੰਗਦਾ ਬਸ ਮੰਗਦਾ ਬਸ ਮਾਫੀ ਮੰਗਦਾ ਸਾਗਰ ਅੰਮ੍ਰਿਤਸਰ ਤੋਂ ਜਸਕਰਨ ਸਿੰਘ ਦੀ ਰਿਪੋਰਟ ਪਬਲਿਕ ਟਾਈਮਸ